ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਟੀਵੀ 'ਤੇ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸਲਮਾਨ ਖਾਨ ਅਤੇ ਉਹਨਾਂ ਦੀ ਮੱਚ ਅਵੇਟਿਡ ਫਿਲਮ ਦਬੰਗ 3 ਦੀ। ਜੀ ਹਾਂ, ਸਲਮਾਨ ਖਾਨ ਅਤੇ ਉਹਨਾਂ ਦੀ ਫਿਲਮ ਦਬੰਗ 3 ਦੇ ਮੇਕਰਸ ਨੇ ਸਾਧੂਆਂ ਦਾ ਅਪਮਾਨ ਕਰ ਦਿੱਤਾ ਹੈ ਅਤੇ ਸਲਮਾਨ ਖਾਨ ਅਤੇ ਉਹਨਾਂ ਦੀ ਫਿਲਮ 'ਤੇ ਆਰੋਪ ਲੱਗ ਰਹੇ ਹੈ ਕਿ ਸਲਮਾਨ ਖਾਨ ਨੇ ਆਪਣੀ ਫਿਲਮ ਦਬੰਗ 3 ਰਾਹੀਂ ਜਿਹੜਾ ਹੈ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਅਤੇ ਇਹ ਆਰੋਪ ਲਗਾਏ ਹੈ ਹਿੰਦੂ ਜਨ ਜਾਗ੍ਰਿਤੀ ਸਮਿਤੀ ਨੇ। ਤੁਸੀਂ ਵੀ ਦੇਖੋ ਦੈਨਿਕ ਸਵੇਰਾ ਟੀਵੀ ਦੀ ਇਹ ਖਾਸ ਰਿਪੋਰਟ। ਦਰਅਸਲ ਸਲਮਾਨ ਖਾਨ ਦੀ ਫਿਲਮ ਦਬੰਗ 3 ਦਾ ਸੌਂਗ ਹੁੜ ਹੁੜ ਦਬੰਗ ਹੁਣ ਕੰਟਰੋਵਰਸੀ ਦਾ ਸ਼ਿਕਾਰ ਹੋ ਗਿਆ ਹੈ। ਹਿੰਦੂ ਜਨ ਜਾਗ੍ਰਿਤੀ ਸਮਿਤੀ ਦਾ ਕਹਿਣਾ ਹੈ ਕਿ ਇਹ ਗਾਣਾ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਿਹਾ ਹੈ। ਹਿੰਦੂ ਸੰਗਠਨ ਦਾ ਇਹ ਵੀ ਕਹਿਣਾ ਹੈ ਕਿ ਇਸ ਗਾਣੇ ਵਿੱਚ ਸਲਮਾਨ ਨੂੰ ਰਿਸ਼ੀਆਂ ਨਾਲ ਆਪੱਤੀਜਨਕ ਤਰੀਕੇ ਨਾਲ ਨੱਚਦੇ ਦਿਖਾਇਆ ਗਿਆ ਹੈ। ਇਸ ਗਾਣੇ ਵਿੱਚ ਰਿਸ਼ੀਆਂ ਦੇ ਹੱਥ ਵਿੱਚ ਗਿਟਾਰ ਹੈ ਅਤੇ ਉਹ ਆਪੱਤੀਜਨਕ ਤਰੀਕੇ ਨਾਲ ਨੱਚ ਰਹੇ ਨੇ। ਇਸ ਦੇ ਨਾਲ ਹੀ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ। ਹਿੰਦੂ ਸੰਗਠਨ ਨੇ ਇਹ ਵੀ ਕਿਹਾ ਕਿ ਸਲਮਾਨ ਮੁੱਲਾ ਜਾਂ ਮੌਲਵੀ ਜਾਂ ਫਿਰ ਫਾਦਰ ਬਿਸ਼ਪ ਨੂੰ ਨਚਾਉਣ ਦੀ ਹਿੰਮਤ ਕਰਨਗੇ। ਤੁਹਾਨੂੰ ਦੱਸ ਦਈਏ ਕਿ MP ਵਿੱਚ ਸ਼ੂਟਿੰਗ ਦੌਰਾਨ ਵੀ ਬਵਾਲ ਮਚ ਗਿਆ ਸੀ, ਜਿੱਥੇ ਦਬੰਗ 3 ਦਾ ਟਾਈਟਲ ਟਰੈਕ ਸ਼ੂਟ ਹੋ ਰਿਹਾ ਸੀ ਅਤੇ ਮਹੇਸ਼ਵਰ ਦੀ ਸ਼ਿਵਲਿੰਗ ਨੂੰ ਢੱਕ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਸਥਾਨੀ ਲੋਕਾਂ ਨੇ ਪ੍ਰੋਟੈਸਟ ਕੀਤਾ ਕਿ ਸਲਮਾਨ ਮਾਫ਼ੀ ਮੰਗਣ। ਇਸ ਤੋਂ ਬਾਅਦ ਸਲਮਾਨ ਨੇ ਇਸ ਮੁੱਦੇ ਤੇ ਕਿਹਾ ਵੀ ਸੀ ਕਿ ਸ਼ਿਵਲਿੰਗ ਨੂੰ ਇੱਕ ਪਲੇਟਫਾਰਮ ਨਾਲ ਟੱਕਿਆ ਗਿਆ ਸੀ ਤੇ ਉਹ ਆਪ ਵੀ ਭਗਵਾਨ ਸ਼ਿਵ ਦੇ ਡਿਵੋਟੀ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਸਲਮਾਨ ਖਾਨ ਤੇ ਦਬੰਗ 3 ਦੇ ਮੇਕਰਸ ਹਿੰਦੂ ਜਨ ਜਾਗ੍ਰਿਤੀ ਸਮਿਤੀ ਦੇ ਇਸ ਆਰੋਪ ਤੇ ਕੀ ਰਿਐਕਸ਼ਨ ਦਿੰਦੇ ਹੈ ਤੇ ਸਲਮਾਨ ਖਾਨ ਇਸ ਕੰਟਰੋਵਰਸੀ ਤੋਂ ਬਾਹਰ ਨਿਕਲ ਪਾਉਂਦੇ ਹੈ ਜਾਂ ਨਹੀਂ। ਤੁਸੀਂ ਹੋਰ ਖਬਰਾਂ ਦੇ ਲਈ ਬਣੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ ਅਤੇ ਐਂਟਰਟੇਨਮੈਂਟ ਦੀਆਂ ਖਬਰਾਂ ਲਈ ਜ਼ਰੂਰ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਸਵੇਰਾ ਸਟਾਰ ਟਾਕ।